ਮੈਨੂੰ ਬੜੀ ਖੁਸ਼ੀ ਹੋਈ ਹੈ ਸੁਣ ਕੇ ਕਿ ਟਾਟਾ ਕੈਂਸਰ ਹਸਪੀਟਲ ਨੇ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਇਹ ਫੈਸਲਾ ਕੀਤਾ ਕਿ ਅਸੀਂ ਸੰਗਰੂਰ ਦੇ ਵਿੱਚ 2 ਤਰੀਕ ਨੂੰ ਸਵੇਰੇ ਰਣਬੀਰ ਕਾਲਜ ਤੋਂ ਇੱਕ ਸਾਈਕਲੋਥੋਨ ਕਰਾਂਗੇ, ਜਿਹਦੇ 'ਚ ਬਹੁਤ ਸਾਰੇ ਨੌਜਵਾਨ ਬੱਚੇ ਅਤੇ ਬੱਚੀਆਂ ਇਹਦੇ 'ਚ ਹਿੱਸਾ ਲੈਣਗੀਆਂ। ਮੈਂ ਇਹ ਵੀ ਦੱਸਣਾ ਚਾਹੁੰਦਾ, ਕਈ ਵਾਰ ਅਸੀਂ ਇਸ ਗੱਲ ਤੋਂ ਸੰਗਦੇ ਹਾਂ ਕਿ ਸਾਨੂੰ ਕੈਂਸਰ ਹੋ ਗਿਆ ਅਤੇ ਸਾਨੂੰ ਪਤਾ ਨਹੀਂ, ਇਹ ਗੱਲ ਦੱਸਦੇ ਹੋਏ ਸਾਨੂੰ ਕਈ ਵਾਰ ਸ਼ਰਮ ਆਉਂਦੀ ਹੈ, ਇਹ 'ਚ ਸ਼ਰਮਾਉਣ ਦੀ ਲੋੜ ਨਹੀਂ। ਟਾਟਾ ਕੈਂਸਰ ਹਸਪੀਟਲ ਵਾਲਿਆਂ ਨੇ ਕਿਸ ਤਰੀਕੇ ਨਾਲ ਕੈਂਸਰ ਨੂੰ ਪਹਿਲੇ ਸੱਟੇ ਫੜਿਆ ਜਾਵੇ ਤਾਂ ਉਹਦਾ ਕਿਸ ਤਰ੍ਹਾਂ ਹੱਲ ਹੋ ਸਕਦਾ, ਉਹਦਾ ਪੂਰਾ ਇੰਤਜ਼ਾਮ ਬਣਾਇਆ। ਔਰ ਸਾਡਾ ਜਿਹੜਾ ਸੰਗਰੂਰ ਦਾ ਕੈਂਸਰ ਹਸਪੀਟਲ ਹੈ ਉਹ ਪੂਰੇ ਵਰਲਡ ਦੇ ਵਿੱਚ ਜਿਹੜੇ ਬੜੇ ਬੜੇ ਕੈਂਸਰ ਦੇ ਹਸਪਤਾਲ ਹੈ ਉਹਨਾਂ ਦੀਆਂ ਬਰਾਬਰ ਦੀਆਂ ਸਹੂਲਤਾਂ ਸਾਡੇ ਸੰਗਰੂਰ ਦੇ ਕੈਂਸਰ ਦੇ ਹਸਪਤਾਲ ਦੇ ਵਿੱਚ ਹੈ। ਤਾਂ ਮੈਂ ਇਹ ਜ਼ਰੂਰ ਸਮਝਦਾ ਕਿ ਸਾਡੀਆਂ ਸਾਰੀਆਂ ਬੇਟੀਆਂ, ਸਾਡੇ ਸਾਰੇ ਬੇਟੇ, ਸਾਡੇ ਨੌਜਵਾਨ ਭਰਾ, ਵੀਰ ਸਾਰੇ ਇਹ ਸਾਈਕਲੋਥੋਨ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਤਾਂ ਕਿ ਆਪਾਂ ਇਸ ਗੱਲ ਦਾ ਅਰਲੀ ਡਿਟੈਕਸ਼ਨ ਆਫ ਕੈਂਸਰ, ਕਿ ਕੈਂਸਰ ਨੂੰ ਪਹਿਲੇ ਸੱਟੇ ਫੜ ਸਕੀਏ, ਉਸ ਗੱਲ ਦਾ ਸੁਨੇਹਾ ਇਕੱਲੀ ਇਕੱਲੀ ਜਗ੍ਹਾ ਤੱਕ ਪਹੁੰਚਾ ਸਕੀਏ। ਕਈ ਵਾਰ ਪਿੰਡਾਂ ਦੇ ਵਿੱਚ ਕਈ ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੁੰਦਾ ਅਤੇ ਉਹਨਾਂ ਤੱਕ ਸਾਡੀਆਂ ਜਿਹੜੀਆਂ ਬੇਟੀਆਂ ਕਾਲਜਿਸ 'ਚ ਪੜ੍ਹਦੀਆਂ, ਸਕੂਲਾਂ 'ਚ ਪੜ੍ਹਦੀਆਂ, ਉਹ ਜਦੋਂ ਆ ਕੇ ਇਸ ਗੱਲ ਦਾ ਸੁਨੇਹਾ ਲੈ ਕੇ ਜਾਣਗੀਆਂ ਤਾਂ ਅਸੀਂ ਬਾਹਲੇ ਵੱਡੇ ਪੱਧਰ 'ਤੇ ਆਪਣੇ ਲੋਕਾਂ ਨੂੰ ਵੱਡੀ ਸਹੂਲਤ ਦੇ ਸਕਾਂਗੇ ਔਰ ਅਸੀਂ ਕੈਂਸਰ ਨੂੰ ਪਹਿਲੇ ਸੱਟੇ ਫੜ ਸਕਾਂਗੇ। ਤਾਂ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਸਾਰੇ ਵੱਧ ਚੜ੍ਹ ਕੇ ਇਹਦੇ 'ਚ ਹਿੱਸਾ ਲਓਗੇ ਔਰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਮਦਦ ਵਾਸਤੇ ਕੰਮ ਕਰੋਗੇ। ਬਹੁਤ ਬਹੁਤ ਧੰਨਵਾਦ।